ਆ ਦੇਖਿਆ ਮਨਪ੍ਰੀਤ ਦੇ ਚੱਜ ਹਾਂ ਉਹੀ ਕੁਛ ਲੱਛਣ ਛੱਡਦੀ ਏ ਜਮਾ ਨੀ ਛੱਡਦੀ ਇਹ ਨੀ ਬਦਲਦੀ ਨਾ ਨਾ ਇਹ ਤੇ ਤਾਂ ਭੈਣੇ 25 ਪੈਸਿਆਂ ਦਾ ਅਸਰ ਵੀ ਨੀ ਹੋਇਆ ਇਹਦੇ ਤੇ ਤਾਂ ਭੋਰਾ ਨੀ ਅਸਰ ਹਾਂ ਲੈ ਕੀ ਕਰੇ ਹਨਾ ਅਗਲਾ ਜੇ ਆਪਾਂ ਤਾਂ ਮੈਂ ਕੀ ਆਖਸੀ ਆਈ ਆਖਸੀ ਵੀ ਉੱਥੇ ਜਦੋਂ ਦਰਵਾਜੇ ਵਿਜਦੀ ਨੰਗੀਆਂ ਲੋਕਾਂ ਨੇ ਉਹਦੀ ਕਹਿਤਾ ਕਿ ਇਹਦਾ ਤਾਂ ਤਲਾਕ ਹੋ ਗਿਆ ਫਿਰ ਭਾਈ ਕਹਿਣਗੇ ਜਦੋਂ ਤੂੰ ਗੱਲਾਂ ਕਰਵਾਈਆਂ ਨੇ ਜਦੋਂ ਤੂੰ ਪਹਿਲਾਂ ਤਾਂ ਤੂੰ ਪੰਚਾਇਤਾਂ ਚ ਕੀ ਕੁਛ ਕਰਕੇ ਗਈ ਉਹਨੂੰ ਜਵਾਕ ਨੂੰ ਬਦਨਾਮ ਕਰਕੇ ਗਈ ਤੇ ਫਿਰ ਮੱਚ ਗਈ ਹਾਂ ਇੰਨੀ ਗੱਲ ਤੂੰ ਦੇਖ ਕਿੰਨੀਆਂ ਮਿਰਚਾਂ ਲੱਗੀਆਂ ਭਾਂਬੜ ਨਿਕਲ ਗਿਆ ਜਮਾ ਨੀ ਮੈਂ ਤਾਂ ਲੈ ਉਹਨੂੰ ਜੱਫੀਆਂ ਪਾਈ ਫਿਰੇ ਹੁਣ ਜਿਵੇਂ ਚਾਚੀ ਨਾਲ ਕਰਦੀ ਹੁੰਦੀ ਆ ਫਿਰ ਉਹ ਛੱਡ ਕੇ ਗਈ ਐ ਹੁਣ ਵੀ ਛੱਡਣ ਆਈ ਸੀ ਤਾਂ ਕਰਕੇ ਮੈਂ ਤਾਂ ਆਹ ਹਾਲ ਹੀ ਨੀ ਦੇਖਿਆ ਭੈਣੇ ਉਹ ਐ ਆਪਾਂ ਨੂੰ ਸਰਦਾ ਨੀ ਗਲੀ ਗਵਾਂਢ ਉਹੀ ਗੱਲ ਮੂੰਹ ਮੱਥੇ ਲੱਗਦੇ ਆ ਵੀ ਚੱਲ ਜਾਣਾ ਵੀ ਪੈਂਦਾ ਪਿੰਡ ਚ ਭੋਗ ਤੇ ਵੀ ਤੇ ਬੈਠਣ ਉੱਠਣ ਵੀ ਚੱਲ ਜੇ ਆਪਾਂ ਹੁਣ ਇਹਨੂੰ ਨਹੀਂ ਨਾਲ ਲੈ ਕੇ ਆਂਦੇ ਫਿਰ ਇਦੂ ਸਿਆਪਾ ਗਾ ਆ ਗਿਆ ਸੁਖਪਾਲ ਆ ਗਈ ਗਰਮੀ ਬਹੁਤ ਆਏ ਹਾਏ ਚਲੋ ਠੀਕ ਠਾਕ ਮੁੜ ਆਈਆਂ ਠੀਕ ਠਾਕ ਵਧੀਆ ਮੁੜ ਆਈਆਂ ਉੱਥੇ ਤਾਂ ਸਾਰੀਆਂ ਮੇਰੇ ਕਨੀ ਦੇਖਣ ਕਿਉਂ ਲੈ ਸਾਰਿਆਂ ਤੋਂ ਟੌਰ ਵੱਖਰੀ ਸੀ ਮੇਰੀ ਚੰਗਾ ਤਾਂ ਮੇਰੇ ਕੋਲੇ ਪਰਸ ਸੀ ਤੇ ਚੰਗਾ ਵਧੀਆ ਕੱਪੜੇ ਜਿਹੜੇ ਪਾਏ ਸੀ ਇਹਨਾਂ ਤਾਂ ਤੈਨੂੰ ਪਤਾ ਜਿਹੇ ਜੇ ਘਰੇ ਪਾਏ ਸੀ ਉਹ ਉੱਟ ਕੇ ਵਗ ਗਈਆਂ ਉਹੀ ਤਾਂ ਗੱਲ ਹੈ ਜੇ ਹੁਣ ਚਲ ਸਾਡੀ ਸੁਖੀ ਦੇ ਰਿਸ਼ਤੇ ਦੀ ਗੱਲ ਕਰੀ ਸੀ ਤਾਂ ਫਿਰ ਆਪਾਂ ਸਾਰਿਆਂ ਦੀ ਰਾਏ ਨਾਲ ਕਰੀ ਸੀ ਹੁਣ ਮੇਰੇ ਤੇ ਕਢਾਉਂਦੀ ਹੋਈ ਪਈ ਆ ਇਹਨੇ ਆਏ ਕਰਨਾ ਸੀ ਇਹਨੇ ਆਏ ਕਰਨਾ ਸੀ ਤੇ ਫਿਰ ਸਾਡੀ ਤਾਂ ਹੋਰ ਥੇ ਅਜੂ ਥਾਂ ਸਾਡੀ ਤਾਂ ਬਸ ਜੂਗੀ ਕਿਤੇ ਹੋਰ ਕਦੇ ਫਿਰ ਮੈਂ ਤਾਂ ਹਲੇ ਗੱਲ ਹੀ ਛੇੜੀ ਸੀ ਜਦੋਂ ਤੂੰ ਆਹ ਪੁੱਠਾ ਪੰਗਾ ਕਰਿਆ ਭੇਜਿਆ ਕਾਗਜ਼ ਵੀ ਫੇਰ ਹੀ ਗੱਲ ਛੇੜੀ ਉਹੀ ਤਾਂ ਗੱਲ ਹੈ ਨਹੀਂ ਹੁਣ ਤੂੰ ਗਈ ਤਾਂ ਬੈਠਣਾ ਅਗਲੇ ਦੇ ਕਰਦੀ ਕੀ ਚੱਜ ਉਹਨੂੰ ਪਹਿਲਾਂ ਤਾਂ ਸਮਾਰ ਸਮਾਰ ਦਿਖਾਉਂਦੀ ਗਈ ਤੂੰ ਗੱਲ ਇਹ ਦੇਖ ਲੈ ਇਹਦੀ ਪੈਰ ਤਾਂ ਬਹੁਤ ਨੇ ਚ ਮਨਪ੍ਰੀਤ ਵੀ ਆਹ ਸੀ ਸੂਟ ਮਸੀ ਆਹ ਫਲਾਨਾ ਆਹ ਤਿਮਕਾ ਤੇ ਨਾਲੇ ਫਿਰ ਉਹਨੂੰ ਦੁਕਾਨ ਚ ਲੈ ਕੇ ਵੜ ਗਈ ਤੇ ਆਉਂਦ ਕਹੂੰਗਾ ਨੇ ਹੋਰ ਉਹਨੇ ਇਹਨੇ ਝੰਡਾ ਚੜਾਤਾ ਉੱਥੇ ਹੋਰ ਲੈ ਮੈਂ ਤਾਂ ਬਲਾ ਹੀ ਸੰਗਾ ਦੇ ਆਪਾਂ ਵੀ ਬਦਨਾਮ ਹੋਵਾਂਗੇ ਤੇ ਹੋਵਾਂਗੇ ਤਾਂ ਸਹੀ ਸਾਡੇ ਵਾਲੇ ਨੂੰ ਪਤਾ ਲੱਗ ਗਿਆ ਮੈਨੂੰ ਤਾਂ ਆਏ ਨਹੀਂ ਪਤਾ ਪੰਨੇ ਫੜ ਪਹਿਲਾਂ ਤਾਂ ਆਖਣਗੇ ਜਲੇਬੀਆਂ ਚੱਕ ਦੀਆਂ ਆ ਹੁਣ ਆਖਣਗੇ ਇਹ ਛੂਟ ਚੱਕਣ ਤੇ ਹੋ ਤੇ ਹੋਰ ਚੋਰਨੀਆਂ ਕਹਿਣ ਲੱਗ ਜਾਣਗੇ ਪਿੰਡ ਚ ਚਾਚਾ ਵੀ ਜਮੀ ਨਹੀਂ ਹੈ ਸੋਚਦਾ ਹੈਗਾ ਚਾਚਾ ਚਾਚੀ ਵਾਸਤੇ ਤਾਂ ਇੰਨਾ ਕੁਛ ਕਰਦਾ ਤੇ ਹੁਣ ਵੀ ਬੋਲੇ ਨਾ ਚਾਚਾ ਵੀ ਚਾਚੀ ਦਾ ਤਾਂ ਜਮੀ ਨਹੀਂ ਹੈਗਾ ਵੀ ਘਰੇ ਨਹੀਂ ਹੈਗੀ ਨਾ ਲੈ ਹੁਣ ਤਾਂ 4 ਦਿਨ ਭਵੇਂ ਹੋਰ ਨਾ ਹੋਰ ਲੱਗ ਫਿਰ ਤੂੰ ਇਹਨੂੰ ਬਿਠਾਈ ਬੈਠਾ ਹਾਂ ਲੈ ਦੇਖ ਲੈ ਕੰਮ ਦੇਖ ਚਾਚੇ ਦੇ ਓਹ ਦੇਖ ਲੈ ਇਹਨੂੰ ਮਾੜਾ ਜਿਹਾ ਕਹਿਤਾ ਓਕੇ ਸੁਰਖੀ ਲਾ ਲਾ ਤੇ ਪਰਸ ਪਾ ਕੇ ਕੀ ਸੂਟ ਮੈਡਮ ਬਣ ਗਈ ਨਹੀਂ ਮਿੰਟ ਚ ਮਿੰਟ ਵਿੱਚ ਦੀ ਮੈਡਮ ਬਣ ਕੇ ਤਰੁੱਪੀ ਨਾਲ ਲੋਕ ਤਾਂ ਹੱਥ ਮਸਲਦੇ ਹੋਣਗੇ ਤੇ ਹੋਰ ਤਾਂ ਹੀ ਤਾਂ ਉਹਨਾਂ ਨੇ ਆਪਾਂ ਨੂੰ ਪਾਣੀ ਵੀ ਨਹੀਂ ਪੁੱਛਿਆ ਉਹ ਨਾਲ ਆਪਣੀ ਵੀ ਬਦਨਾਮ ਤੇ ਹੋਰ ਉਹਨਾਂ ਨੂੰ ਆਏ ਹੋਗਾ ਵੀ ਇਹਦੇ ਵੀ ਸੁਰਖੀ ਲੱਗੀ ਮਨਪ੍ਰੀਤ ਦੇ ਵੀ ਸੁਰਖੀ ਲੱਗੀ ਚੱਲ ਬੇਸ਼ੱਕ ਦੀ ਬੁੜਾ ਹੋ ਕੇ ਮਰਿਆ ਅਕਸਰ ਮਰਗ ਤਾਂ ਮਰ ਗਈ ਹੈ ਵੀ ਉੱਥੇ ਸੁਰਖੀਆਂ ਲਾ ਕੇ ਥੋੜੀ ਨਾ ਜਾਣਾ ਆਪਾਂ ਹੱਸਦਾ ਤੇ ਅੱਛਾ ਤਾਂ ਜਦੋਂ ਗੱਲ ਕਹਿਦਾ ਨਹੀਂ ਮਾੜਾ ਜਿਹਾ ਵੀ ਚਾਚੀ ਹਾਂ ਉਹ ਤਾਂ ਆਇਆ ਵੀ ਚੱਲ ਵਧੀਆ ਉਹਦੇ ਨਾਲ ਕਲੇਸਰ ਨਾਲ ਮੇਰਾ ਖਹਿੜਾ ਛੁੱਟਿਆ ਆਹੋ ਆਹੋ ਹਾਂ ਨਹੀਂ ਇਹ ਵੀ ਆਈ ਆਈ ਹੈ ਚਾਚੇ ਦੀ ਸਾਲੀ ਇਹ ਤਾਂ ਚੰਗੇ ਸੂਟ ਸਾਟ ਲੈ ਕੇ ਭਰ ਕੇ ਝੋਲੇ ਉੱਡ ਜੂਗੀ ਹਾਂ ਚਾਚੀ ਦੇ ਆਉਣ ਤੋਂ ਪਹਿਲਾਂ ਹੀ ਉੱਡ ਜੂ ਤੂੰ ਇਹ ਵੀ ਦੇਖ ਹਾਂ ਚਾਚੀ ਨੂੰ ਤਾਂ ਪਤਾ ਹੀ ਨਹੀਂ ਵਿਚਾਰੀ ਨੂੰ ਕੋਈ ਹਾਂ ਇਹੀ ਤਾਂ ਗੱਲ ਹੈ ਹਾਂ ਨਹੀਂ ਮੈਂ ਤਾਂ ਮਨਪ੍ਰੀਤ ਦਾ ਹੀ ਆਂਦਾ ਮੈਂ ਤਾਂ ਕਹਿੰਦੀ ਅੱਜ ਘਰੇ ਗਈ ਦੇ ਪੈਣ ਛਿੱਤਰ ਪੈਣਗੇ ਨਹੀਂ ਪਤਾ ਹੁਣ ਇਹਨਾਂ ਦੇ ਘਰੇ ਬੈਠੀ ਹੋ ਗਏ ਉਹਦੇ ਵਰਨਾਂ ਤੂੰ ਦੇਖੀ ਜਾਈ ਪੈਣਗੀਆਂ ਉਹਦੇ ਉੱਪਰ ਬਿੜਕ ਛੜਕ ਤਾਂ ਲਈਏ ਲਵਾਂਗੇ ਬਿੜਕ ਤਾਂ ਇਹਨੇ ਸਾਡੇ ਵਾਲਾ ਹੁੰਦਾ ਹਾਂ ਨਹੀਂ ਬਾਲੀ ਆਉਂਦਾ ਕਿਤੇ ਹੁਣ ਉਹ ਕਿੱਧਰ ਗਈ ਸੀ ਕਿਤੇ ਨਹੀਂ ਪਸ਼ੂ ਤਾਂ ਦੇਖ ਲੈ ਘਰੇ ਦੇਖ ਲਿਆ ਆਏ ਦੇਖ ਲੈ ਨਹੀਂ ਦੇਖਣ ਨੂੰ ਫੋਟੋ ਨਹੀਂ ਖਿੱਚਣੀ ਇਹਦੀ ਆ ਹੌਂਕੀ ਜਾਂਦੇ ਆ ਕੋਈ ਨਮਾ ਦੇ ਇਹਨਾਂ ਨੂੰ ਪਾਣੀ ਤਾਣੀ ਪਿਆ ਦੇ ਸਾਰਾ ਕੰਮ ਨਿਬੇੜ ਕੇ ਗਈ ਸੀ ਗਈ ਕਿੱਧਰ ਸੀ ਰਣਦੀਪ ਕੋਲ ਗਈ ਸੀ ਕਿਉਂ ਉੱਥੇ ਕੀ ਸੀ ਕੁਛ ਨਹੀਂ ਬਸ ਬੇਲੀ ਸੀ ਮੈਂ ਉਹਦੇ ਕੋਲੇ ਵਗ ਗਈ ਬੇਲੀ ਸੀ ਤੇ ਤੈਨੂੰ ਕੀ ਆਖਿਆ ਸੀ ਵੀ ਨਹੀਂ ਜਾਣਾ ਕਿਸੇ ਪਾਸੇ ਘਰੇ ਰਹਿਣਾ ਹੈਗਾ ਉਹ ਤਾਂ ਨਾ ਅਸੀਂ ਉਹ ਬਾਬੇ ਕੇ ਬਿੰਦਰ ਕੇ ਬੈਠਣ ਗਏ ਸੀ ਅੱਛਾ
ਗੱਲ ਕੀ ਹੋਈ ਸੀ? ਫਿਰ ਮੰਮੀ ਨੇ ਕਿਹਾ ਸੀ ਨਾ ਵੀ ਮੈਂ ਬਾਗਰਾ ਕਰੂੰ। ਅੱਛਾ। ਤੇ ਮੰਮੀ ਤਾਂ ਬੱਗ ਗਏ ਭੈਣ ਕੋਲੇ। ਫਿਰ ਰਣਦੀਪ ਕਹਿੰਦੀ ਵੀ ਹੁਣ ਕਿਸੇ ਨਾ ਕਿਸੇ ਨੂੰ ਤਾਂ ਜਾਣੇ ਪਊ, ਕੱਲ ਨੂੰ ਜੇ ਭਾਈ ਅੱਜ ਤੁਸੀਂ ਨਹੀਂ ਜਾਓਗੇ ਕੱਲ ਨੂੰ ਅਗਲਾ ਤੁਹਾਡੇ ਕਿਵੇਂ ਆਊਗਾ। ਫਿਰ ਮੈਂ ਉਹਦੇ ਨਾਲ ਭੱਗ ਗਈ। ਉਹ ਬਾਅਦ ਚ ਜਾ ਕੇ ਜਾਏ ਆਉਂਦੀ ਬੇਬੇ ਆ ਕੇ। ਬੇਬੇ ਕਹਿੰਦੀ ਵੀ ਮੈਂ ਤਾਂ ਹਜੇ 15-20 ਦਿਨ ਨਹੀਂ ਆਉਂਦੀ ਹੈਗੀ। ਅੱਛਾ। ਹਾਂ ਮੈਂ ਤਾਂ 5-7 ਦਿਨ ਨਾਲ ਕਿਉਂ, ਪਰ ਤੁਹਾਨੂੰ ਪਤਾ ਮੇਰੇ 5-7 ਦਿਨ ਤਾਂ 15-20 ਦਿਨ ਪੱਕੇ ਨੇ। ਉਹ ਚੱਲ ਕੋਈ ਗੱਲ ਨਹੀਂ, ਫਿਰ ਜਿੱਦੇ ਆਉਂਦੀ ਉਦੋਂ ਜਾਏ ਆਉਂਦੀ, ਕਿੱਡੀ ਕਿੱਡੀ ਗੱਲ ਸੀਗੀ। ਹੁਣ ਅਗਲੀ ਮੈਨੂੰ ਘਰੇ ਲੈਣ ਆ ਗਈ, ਮੈਂ ਉਹਨੂੰ ਜਵਾਬ ਕਿਵੇਂ ਦਿੰਦੀ? ਉਹ ਤੈਨੂੰ ਤਾਂ ਬਹਾਨਾ ਚਾਹੀਦਾ ਹੁੰਦਾ ਘਰੋਂ ਨਿਕਲਣ ਦਾ, ਉਹੀ ਲੱਛਣ ਫੇਰ ਫੜ ਲੈ ਤੈਂ। ਕਿਹੜੇ ਲੱਛਣ ਫੜ ਲਏ? ਹੁਣ ਤਾਂ ਮੈਂ ਸਾਰਾ ਕੰਮ ਕਰਦੀ ਆ, ਹੁਣ ਮੈਂ ਬੀਬੀ ਨੂੰ ਵੀ ਕੁਝ ਨਹੀਂ ਬੋਲੀ, ਤੁਸੀਂ ਫੇਰ ਵੀ ਮੇਰੇ ਤੇ ਚੜੀ ਜਾਂਦੇ ਹੋ। ਕੰਮ ਤਾਂ ਕਰਦੀ ਆ, ਫਿਰ ਤੈਨੂੰ ਆਖਿਆ ਨਾ ਹੀ ਨਹੀਂ ਜਾਣਾ ਕਿਸੇ ਪਾਸੇ, ਫੇਰ ਚੁਗਲੀਆਂ ਕਰੂੰਗੇ, ਫੇਰ ਛਿੱਤਰ ਖਾਏਂਗੇ ਇੱਥੇ ਮੈਥੋਂ। ਨਹੀਂ ਕਰਦੀ, ਮੈਂ ਕਿਸੇ ਦੀ ਚੁਗਲੀ ਨਹੀਂ ਕੀਤੀ ਹੈਗੀ, ਨਾਲੇ ਮਾਸੀ ਜੀ ਸਾਡੇ ਨਾਲ ਗਏ ਸੀਗੇ। ਅੱਛਾ, ਉਹ ਵੀ ਨਾਰਾ ਲਾ ਲਈ ਹੁਣ। ਅੰਬੋ ਨਹੀਂ ਹੈਗੀ ਸੀ ਚੰਦ ਕੌਰ, ਤਾਂ ਕਰਕੇ ਉਹਨੂੰ ਲੈ ਕੇ ਗਏ ਸੀ। ਫਿਰ ਉਹ ਤਾਂ ਰਿਸ਼ਤੇਦਾਰ ਸੀ, ਉਹਨੇ ਕੀ ਕਰਨਾ ਸੀ ਜਾ ਕੇ? ਉਹਨਾਂ ਦੀ ਰਿਸ਼ਤੇਦਾਰੀ ਆ ਗਾਹਾਂ। ਅੱਛਾ। ਹਾਂ ਅੱਧੇ ਪਿੰਡ ਨਾਲ ਤਾਂ ਰਿਸ਼ਤੇਦਾਰੀਆਂ ਪਾਈ ਫਿਰਦੀ ਆ। ਵੀ ਚੱਲ ਚੰਗਾ ਰਣਦੀਪ, ਮੈਂ ਤਾਂ ਜਾਨੀ ਆ, ਤੇ ਤੂੰ ਮਾੜੀ ਬਿੜਕ ਰੱਖੀ, ਮੈਨੂੰ ਦੱਸ ਦੇ ਫਿਰ। ਨਾ ਚੱਲ ਕੋਈ ਨਾ, ਮੈਂ ਰੱਖੂ ਬਿੜਕਾ, ਅਸਲ ਤਾਂ ਮੇਰੇ ਕੋਲ ਹੀ ਆਊ ਉਹਦੇ, ਉਹ ਗੱਲ ਨਹੀਂ ਪੱਚਦੀ। ਹਾਂ ਦੀਪੂ ਵਾਲੀ ਗੱਲ ਨਹੀਂ ਉਹਦੇ ਪੱਚਦੀ, ਉਹ ਤਾਂ ਜਾਊ ਉਂਗਲ ਲਾਉਣ ਚਾਚੇ ਦੇ। ਉੱਥੇ ਵੀ ਜਾਊ ਜੇ ਉਹਦੇ ਛਿੱਤਰ ਪਏ, ਫੇਰ ਵੀ ਭੱਜੀ ਆਊਗੀ ਪਾਲੀ ਵਰਗਿਆਂ ਕੋਲ। ਚੱਲ ਚੰਗਾ, ਮੈਂ ਤਾਂ ਜਾਨੀ, ਮੈਨੂੰ ਦੱਸਿਆ ਹੀ ਜੇ ਕੋਈ ਗੱਲ ਬਾਤ। ਚੰਗਾ ਨਹੀਂ ਉਹਦਾ ਨਾ ਗੁੱਸਾ ਗਾਸਾ ਕਰਿਆ ਕਰੋ, ਤਾਂ ਆਈਆਂ ਬੋਲਣ ਦੀ। ਗੁੱਸਾ ਉਹਦਾ ਕਾਹਦਾ ਆਪਾਂ ਨੂੰ, ਅਕਲੇ ਹੈ ਨਹੀਂ ਉਹਨਾਂ ਤੋਂ ਬੋਲਣ ਦੀ। ਉਹੀ ਗੱਲ ਜਿਹੇ ਜੀ ਅਕਲ ਵਰਤ ਲੈਂਦੀ ਆ, ਵਰਤ ਲਾਂਦੀ ਆ। ਚੱਲ ਚੰਗਾ, ਚੱਲ ਉਹਦੀ ਤਾਂ ਰਿਸ਼ਤੇਦਾਰੀ ਸੀ, ਤੇ ਤੇਰੇ ਨਾਲ ਜੋ ਗੱਲ ਖੁੱਲੀ ਆ ਵੀ ਨਹੀਂ ਕਰੇ ਉਹ ਕਿਸੇ ਪਾਸੇ ਜਾਣਾ, ਤੇ ਤੂੰ ਫੇਰ ਨਹੀਂ ਗੱਲ ਸੁਣਦੀ ਕਿਸੇ ਦੀ। ਬੈਠਣ ਤਾਂ ਜਾਣੇ ਦੀ ਅਗਲਾ ਕਹੂਗਾ, ਹੋਰ ਸਮੇਂ ਦੇ ਮੂੰਹ ਚੱਕੀ ਫਿਰੀ ਜਾਂਦੀਆਂ ਨੇ, ਸਾਡੇ ਆਈਆਂ ਨਹੀਂ ਹੈਗੀਆਂ। ਜਦੋਂ ਨੂੰ ਬੇਬੇ ਆਉਂਦੀ ਉਦੋਂ ਨੂੰ ਤਾਂ ਉਹ ਪੁਰਾਣਾ ਹੋ ਜਾਂਦਾ। ਉਹ ਪੁਰਾਣਾ ਤਾਂ ਕਾਹਨੂੰ ਹੁੰਦੀ ਸੀ, ਉਹ ਗੱਲ ਕਰ ਥੋੜੀਆਂ ਚੁਗਲੀਆਂ ਰਹਿੰਦੀਆਂ ਸੀਗੀਆਂ, ਉਹ ਨਹੀਂ ਹੁੰਦੀਆਂ ਸੀਗੀਆਂ। ਸੌ ਲੱਗੇ ਜੀ, ਮੈਂ ਤਾਂ ਇੱਕ ਵੀ ਚੁਗਲੀ ਨਹੀਂ ਕੀਤੀ, ਮੈਂ ਕਿਸੇ ਦੀ ਗੱਲ ਬਦਮੀ ਘਟਵੀ ਮੈਂ ਕੋਈ ਨਹੀਂ ਕੀਤੀ, ਸੌ ਲੱਗੇ ਮੈਨੂੰ। ਉਹ ਤੇਰੇ ਰੋਟੀ ਨਹੀਂ ਹਾਜ਼ਮ ਆਉਂਦੀ ਜਿੰਨਾ ਚਿਰ ਚੁਗਲੀ ਨਾ ਕਰੇ ਕਿਸੇ ਦੀ। ਲੈ ਹੁਣ ਤਾਂ ਮੈਨੂੰ ਕਿੰਨੇ ਦਿਨ ਹੋ ਗਏ, ਮੈਂ ਘਰੋਂ ਬਾਹਰ ਵੀ ਨਹੀਂ ਗਈ, ਮੈਂ ਤਾਂ ਅੱਜ ਉਹ ਵੀ ਰਣਦੀਪ ਲੈਣ ਆ ਗਈ, ਮੈਂ ਤਾਂ ਭੱਗ ਗਈ, ਮੈਂ ਤਾਂ ਉਹੀ ਨਹੀਂ ਜਾਂਦੀ। ਉਹ ਪਹਿਲਾਂ ਵੀ ਉਹੀ ਲੈ ਕੇ ਜਾਂਦੀਆਂ ਹੁੰਦੀਆਂ ਸੀ, ਉਹਨਾਂ ਨੇ ਘਰ ਪੱਟਿਆ ਸੀ ਚੋਲੀਆਂ ਕਰ ਕਰਕੇ। ਫਿਰ ਵਸਾਇਆ ਵੀ ਤਾਂ ਉਹਨਾਂ ਨੇ ਹੀ ਆ। ਵਸਾਇਆ ਉਹਨਾਂ ਨੇ, ਜਾਣਾ ਤਾਂ ਹੁਣ ਹੈਗਾ ਹੀ ਆ। ਤੁਸੀਂ ਤਾਂ ਇਹ ਕਹਿੰਦੇ ਹੋ ਵੀ ਜੇ ਗੱਲ ਹੋ ਗਈ ਜਮਾ ਹੀ ਅੰਦਰ ਤੜਕੇ ਰਹੋ, ਐ ਥੋੜੀ ਤੜਕੇ ਰਿਹਾ ਜਾਂਦਾ, ਹੁਣ ਜਾਣਾ ਆਉਣਾ ਵੀ ਪੈਂਦਾ ਹੀ ਆ। ਚਲੋ ਛੱਡੋ ਤੁਸੀਂ, ਮੈਂ ਤਾਂ ਜਾਊਂਗੀ ਵੀ ਤੇ ਰਹੂੰਗੀ ਵੀ ਇੱਥੇ, ਤੁਸੀਂ ਦੱਸੋ ਚਾਹ ਪੀਣੀ ਹੈ ਜਾਂ ਰੋਟੀ ਖਾਣੀ ਹੈ? ਚਾਹ ਦੀ ਕੁੱਟ ਬਣਾ ਲਾ ਜਾ ਕੇ। ਹਾਏ ਲੈਣ ਤੇ ਆਉ ਨਾ ਫਿਰ ਉਈ। ਉਹ ਬਹਿ ਜਾ ਬਹਿ ਜਾ, ਹੁਣ ਖਾਉਂ ਛੋੜੇ ਨਾ ਖਾਣੀ ਕਿਤੇ ਮੈਥੋਂ ਦੁਬਾਰੇ। ਅੱਛਾ ਅੱਛਾ ਅੱਛਾ, ਤੇ ਇੱਕ ਕਹਿੰਦੀ ਹੈ ਕਿ ਇਹ ਕੌਣ ਆ ਕੁੜੇ? ਮੈਂ ਆਖਾਂ ਮੈਂ ਬਿੱਕਰ ਸਿੰਘ ਦੀ ਸਾਲੀ ਹੈ। ਕਹਿੰਦੀ ਅੱਛਾ ਅੱਛਾ ਹਾਂ, ਇਹ ਤਾਂ ਵਧੀਆ ਗੱਲ ਹੈ, ਮੇਰਾ ਨਾਲ ਹੈ ਤਾਂ ਉੱਥੇ ਤੁਸੀਂ ਤੇ ਹੋਰ। ਚੱਲ ਚੰਗੀ ਗੱਲ, ਕਹਿੰਦੀ ਹੁਣ ਬਿੱਕਰ ਦੀ ਸਾਲੀ ਹੈ। ਹਾਂ ਬੁਲਾਈ ਖੁਸ਼ ਹੋਈ। ਚੱਲ ਚੰਗੀ ਗੱਲ, ਕਹਿੰਦੀ ਭਾਈ ਬੁਲਾਈ ਚੰਗਾ, ਕਹਿੰਦੀ ਤੇਰਾ ਆਪਣਾ ਹੋਈ ਆ ਤਾਂ। ਮੈਂ ਕਿਹਾ ਹੋਰ, ਫਿਰ ਦੇਖ ਲੈ ਫਿਰ ਪਿੰਡ ਚ ਐ ਪੂਰੀ ਚੜਾਈ ਆ ਤੇਰੇ ਜੀਜੇ ਦੀ? ਨਾ ਚੜਾਈ ਤਾਂ ਪੂਰੀ ਆ, ਚੜਾਈ ਤਾਂ ਅੱਜ ਮੈਨੂੰ ਪਤਾ ਹੀ ਲੱਗ ਗਿਆ ਵੀ ਕਹੇ ਜੀ ਚੜਾਈ ਆ। ਬਸ ਫੇਰ ਠੀਕ ਆ। ਚੱਲ ਚੰਗਾ, ਕਦੇ ਐ ਚੰਦ ਕੌਰ ਨੇ ਨਹੀਂ ਆ ਕੇ ਕੋਈ ਖੁਸ਼ ਖਬਰੀ ਸੁਣਾਈ ਜਿਵੇਂ ਤੂੰ ਸੁਣਾਤੀ, ਵਧੀਆ ਗੱਲ ਹੈ। ਤੇ ਚੰਗੀ ਸੇਵਾ ਕੀਤੀ ਸਾਡੀ ਵਧੀਆ, ਕਿਧਰੇ ਠੰਡੇ ਲਿਆਉਣ, ਕਿਧਰੇ ਕਾਫੀਆਂ ਲਿਆਉਣ, ਕਿਧਰੇ ਚਾਹਾਂ ਲਿਆਉਣ। ਅੱਛਾ ਅੱਛਾ, ਤੇ ਹੋਰ। ਚੱਲ ਕੋਈ ਨਾ, ਹੁੰਦਾ ਹੀ ਅਗਲਾ ਮਾਨ ਤਾਨ ਤਾਂ ਕਰਦਾ ਹੀ ਹੈ, ਨਾਲੇ ਅਗਲਾ ਕਹਿੰਦਾ ਬਿੱਕਰ ਦੀ ਸਾਲੀ ਹੈ। ਹਾਂ ਤਾਂ ਹੀ ਕੀਤਾ ਮਾਨ ਤਾਨ। ਚੱਲ ਕੋਈ ਨੀ, ਹੁਣ ਤੂੰ ਫਿਰ ਰਹੀ 2-4 ਦਿਨ ਹੈ। ਹੁਣ ਮੈਂ ਇੱਥੇ ਆ, ਮੈਂ ਡੀਕਦੀ ਸੀ ਭੈਣ ਨੂੰ ਵੀ ਜੇ ਉਹ ਆ ਜਾਂਦੀ ਚੱਲ ਮਿਲ ਕੇ ਵਗ ਜਾਂਦੀ। ਕੋਈ ਨੀ, ਜਦੋਂ ਆ ਗਈ ਫਿਰ ਭਮਾ ਬਿੰਦ ਵੀ ਨਾ ਖੜੀ, ਜਦੋਂ ਆ ਗਈ ਉਹਦੀ ਵਗ ਜੀ ਮਿਲ ਕੇ। ਹੁਣ ਇੰਨੇ ਦਿਨ ਉਹਦਾ ਕਿਤਾ ਕਿ ਕਿੰਨੇ ਕਿ ਦਿਨ ਨਹੀਂ ਆਉਂਦੀ, ਫਿਰ ਇੰਨੇ ਦਿਨ ਮੈਂ ਇੱਥੇ ਰਹੂੰਗੀ। ਮੈਂ ਤਾਂ ਕਹਿੰਦੀ ਮੈਂ 2 ਦਿਨ ਲਾ ਕੇ ਆਉਂ, ਬਸ 2 ਦਿਨ। ਹੁਣ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਜਾਵੜੀ, ਹੁਣ ਆਪਾਂ ਕਿਹੜਾ ਫੋਨ ਕਰਨਾ ਉਹਨੂੰ।
ਮੈਂ ਤਾਂ ਕਹਿੰਦਾ ਲੋਟ ਆ ਵਧੀਆ। ਅੱਛਾ ਹੋਰ ਰੱਜ ਕੀ ਆਊਗੀ, ਉਹ ਕਿਹੜਾ ਭੁੱਖੀ ਆਊਗੀ। ਚੱਲ ਕੋਈ ਨੀ, ਹੁਣ ਤੂੰ ਤਾਂ ਚਾਹ ਪਾਣੀ ਪੀਤਾ ਹੋਇਆ, ਮੈਂ ਤਾਂ ਫੁੱਲ ਐ ਬਸ। ਫਿਰ ਠੰਡੇ ਠੁੰਡੇ ਕਾਫੀਆਂ ਕੂਫੀਆਂ ਸਭ ਕੁਛ ਪੀ ਕੇ ਆਈ ਆ, ਤੇ ਜੇ ਤੂੰ ਪੀਣੇ ਤਾਂ ਤੈਨੂੰ ਘੁੱਟ ਬਣਾ ਦਾਂਗੇ। ਨਾ ਕੋਈ ਨੀ, ਚੱਲ ਮੈਂ ਆਪਾਂ ਤਾਂ ਠਹਿਰ ਕੇ ਬਣਾ ਲਾਂਗੇ, ਮੇਰੀ ਸਾਲੀ ਰੱਜ ਲਈ ਬਸ, ਆਪਾਂ ਨੂੰ ਕਾਹਦਾ ਹੁਣ, ਜਦੋਂ ਤੈਂ ਖਾ ਪੀ ਲਾ ਮੈਂ ਵੀ ਖਾ। ਐ ਕਦੇ ਚੰਦ ਕੁਰ ਨੇ ਆ ਕੇ ਮੈਨੂੰ ਚਾਹ ਪਾਣੀ ਨੀ ਪੁੱਛਿਆ, ਲੜਾਈ ਤੋਂ ਬਿਨਾਂ ਉਹਦੇ ਕੋਲੇ ਹੋਰ ਕੋਈ ਕੰਮ ਹੀ ਨੀ ਸੀ, ਤੂੰ ਤਾਂ ਮੇਰਾ ਦਿਲ ਠਾਰਤਾ ਚਾਹ ਪੁੱਛ ਕੇ। ਨਾ ਪੁੱਛਦੀ ਨੀ ਸੀ ਹੁੰਦੀ, ਉਹ ਬਾਹਰੋਂ ਆਈ ਚਾਹ ਪਾਣੀ, ਉਹ ਤਾਂ ਕਜੀਆ ਕਲੇਸ਼ ਪਾ ਕੇ ਬਹਿ ਜਾਂਦੀ ਐ। ਜੇ ਪਤਾ ਹੁੰਦਾ ਨਾ ਜਦੋਂ ਮੈਂ ਉਦੋਂ ਗਿਆ ਸੀ ਉਹਨੂੰ ਦੇਖਣ ਤਾਂ ਮੈਂ ਤੈਨੂੰ ਹੀ ਗਿਆ ਸੀ, ਪਰ ਇਹ ਨੀ ਪਤਾ ਸੀ ਬਾਪੂ ਨੇ ਕਿਹੜਾ ਤੌਰ ਤੇ ਤੋਰਤੀ ਮੇਰੇ ਨਾਲ। ਉਦੋਂ ਕਿੱਥੇ ਦੇਖ ਦਿਖਾਈਆ ਹੁੰਦਾ ਸੀ, ਉਦੋਂ ਤਾਂ ਬਸ ਦੂਜਿਆਂ ਨੇ ਗੱਲ ਕਰਤੀ, ਚੱਲ ਤੋਰ ਤਰੀਆ ਕਰਤਾ, ਆਨੰਦ ਕਰਾ, ਕਾਰਜ ਕਰਾਏ ਤੇ ਤੋਰੇ। ਮੈਨੂੰ ਤਾਂ ਐਸੀ ਮਹਾਂ ਤੈਨੂੰ ਹੀ ਤੋਰਨਗੇ ਕਿਤੇ। ਲੈ ਦੇਖ ਲੈ ਗੱਲਾਂ ਦੇ ਕੀ ਕਰਦਾ, ਲੈ ਕਿਉਂ ਮੇਰੀ ਭੈਣ ਕੀ ਮਾੜੀ ਐ। ਨਹੀਂ ਮਾੜੀ ਨੀ ਹੈਗੀ, ਮਾੜੀ ਤਾਂ ਨੀ, ਮਾੜੀ ਤਾਂ ਬਸ ਉਹਦਾ ਰੁੱਖਾ ਪਾਣੀ ਐ, ਬਾਹਲਾ ਹੀ ਰੁੱਖੀ ਐ ਉਹ। ਰੁੱਖਾ ਦਾ ਸੁਭਾਅ ਉਹਦਾ ਪਹਿਲੇ ਦਿਨ ਵੀ ਇਹ ਜਿਹਾ। ਫਿਰ ਮੈਂ ਤਾਂ ਹੀ ਬੋਲਦੀ ਐ, ਤੂੰ ਵੀ ਤਾਂ ਬੈਠੀ ਗੱਲਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੀਆਂ, ਦਿਲ ਲੰਘਦਾ ਪਤਾ ਹੀ ਨੀ ਲੰਘਦਾ ਵੀ ਕਦੋਂ ਲੰਘ ਗਿਆ। ਹਾਂ ਇਹ ਤਾਂ ਠੀਕ ਐ, ਫਿਰ ਕਲੇਸਾਂ ਚ ਸਾਰਾ ਦਿਨ ਮੱਚੂ ਸੋੜੂ ਕਰਕੇ ਲੰਘਦਾ ਹੈ, ਜੇ ਆਪਾਂ ਗੱਲਾਂ ਬਾਤਾਂ ਕਰ ਲਿਆ ਕੁਛ ਦਿਨ ਲੰਘ ਜਾਂਦਾ। ਆਹੀ ਐ, ਇੱਥੇ ਹੋਰ ਕੀ ਐ, ਹੱਸ ਦੰਦਾਂ ਦੀ ਪ੍ਰੀਤ ਐ। ਪ੍ਰੀਤ ਐ, ਸਹੀ ਗੱਲ ਐ, ਇਹਨੂੰ ਤਾਂ ਬਥੇਰਾ ਸੀ ਸਮਝਾਉਂਦੇ ਸੀ, ਆਈ ਸਾਡੇ ਨਾਲ ਵੀ ਆਈ ਲੜਦੀ ਰਹਿੰਦੀ, ਪਤਾ ਨੀ ਇਹ ਕਹੇ ਜੀ, ਇਹ ਤਾਂ ਲੈਦਾ ਹੀ ਆ ਸਾਡੇ ਚੋਂ। ਨਾ ਮੈਂ ਤਾਂ ਕਹਿੰਦਾ ਵੀ ਸ਼ੁਕਰ ਐ, ਆ ਹੁਣ ਜਿਹੜੇ 2-4 ਦਿਨ ਲੰਘ ਰਹੇ ਆ ਬਹੁਤ ਸੌਖੇ ਲੰਘਦੇ ਆ, ਬਸ ਰਹਿੰਦਾ ਖੁੰਦਾ ਹੁਣ ਤੂੰ ਆ ਗਈ, ਬਬ ਗੱਲ ਹੀ ਬਣ ਗਈ। ਅੱਛਾ ਤੂੰ ਤਾਂ ਆਈ ਭਾਲਦਾ ਵੀ ਇਹ ਬਾਹਰ ਹੀ ਰਹੇ ਹੈ ਨਾ। ਹੋਰ ਮੈਂ ਤਾਂ ਕਹਿੰਦਾ ਆ ਵੀ ਨਾ 4-5 ਦਿਨ ਸੱਚੀ ਲੈ, ਅੱਜ ਆਪਾਂ ਖੀਰ ਬਣਾ ਲਾਂਗੇ ਨਾਲੇ ਸੇਵੀਆਂ ਬਣਾ ਲਾਂਗੇ। ਅੱਛਾ ਆਹੋ, ਜੇ ਕਹੇ ਤਾਂ ਮੈਂ ਮਟਰ ਪਨੀਰ ਲਿਆਉਂ ਕਿ ਮੁਰਗਾ ਮਰਗਾ ਲਈਏ। ਨਾ ਨਾ ਬਸ, ਫੇਰ ਕਿਤੇ ਆ ਕਹੇ ਵੀ ਜੇ ਮੇਰਾ ਸਾਲਾ ਆਇਆ ਹੁੰਦਾ ਫੇਰ ਤਾਂ ਮੁਰਗਾ। ਨਾ ਨਾ ਕੋਈ ਗੱਲ ਨਹੀਂ, ਮੁਰਗੇ ਮਰਗੇ ਨਹੀਂ ਖਾਂਦੇ ਆਪਾਂ, ਤਾਂ ਜਿਹੜੀ ਘਰੇ ਸਬਜ਼ੀ ਪਈ ਉਹੀ ਬਣਾ ਲਾਂਗੇ। ਬਸ ਠੀਕ ਐ, ਠੀਕ ਐ, ਚੱਲ ਠੀਕ ਐ, ਚੰਗਾ ਫਿਰ ਬਣਾਵਾਂ ਕੁੱਟ ਚਾਹ। ਬਸ ਕਰ ਲੈ ਆਰਾਮ, ਕਰ ਲੈ ਫਿਰ ਬਣਾ ਲਈ, ਚੱਲ ਆਰਾਮ ਕਰ। ਇਹ ਉੱਥੇ ਏਸੀ ਥੱਲੇ ਬੈਠੀ ਸੀ ਮੈਂ ਤਾਂ, ਦੇਖ ਲੈ ਅਸੀਂ ਤਾਂ, ਮੈਨੂੰ ਫਿਰ ਉਹੀ ਗੱਲ ਫੇਰ ਜ਼ਿਆਦਾ ਆ ਜਾਣੀ ਵੀ ਚੰਦ ਕੌਰ ਨੇ ਕਦੇ ਵੀ ਨਹੀਂ ਆਇਆ ਕਿਹਾ ਵੀ ਤੂੰ ਭੁੱਖ ਲੱਗਿਆ ਤੈਨੂੰ ਜਾਂ ਤੇ ਲੱਗਿਆ, ਆ ਹੁਣ ਤੂੰ 2 ਵਾਰੀ ਪੁੱਛ ਲਿਆ ਵੀ ਚਾਹ ਬਣਾਵਾਂ ਤੇ ਹੋਰ। ਅੱਜ ਦੀ ਗਲਤੀ ਤਾਂ ਚੱਲ ਮੈਂ ਕਰਤੀ ਮਾਫ, ਕੋਈ ਗੱਲ ਨਹੀਂ, ਅੱਗੇ ਤੋਂ ਨਾ ਗਾਹਾਂ ਨੂੰ ਬਿਨਾਂ ਪੁੱਛੇ ਟੱਪ ਜੇ ਕਿਤੇ। ਨਹੀਂ ਜਾਂਦੀ, ਕਹਿ ਤਾਂ ਦਿੱਤਾ ਵੀ ਨਹੀਂ ਜਾਂਦੀ। ਉਹ ਮੈਨੂੰ ਬਾਹਰ ਨਹੀਂ ਟੱਪਣ ਦਿੰਦੀ, ਮਿੰਟ ਲਾਉਣੀ ਐ ਨੰਗਲ ਲੱਗੀ। ਉਹ ਨਹੀਂ ਜਾਂਦੀ, ਸੌਣ ਲੱਗੇ ਨਹੀਂ ਜਾਂਦੀ। ਉਹ ਪਹਿਲਾਂ ਵੀ ਸੌਵਾਂ ਤਾਂ ਬਥੇਰੀਆਂ ਖਾਧੀਆਂ ਸੀ। ਆ ਚਾਹ ਪੀ ਲਓ, ਠੰਡੀ ਹੋ ਗਈ ਐ। ਚਾਹ ਤਾਂ ਮੈਂ ਪੀ ਲੈਣਾ, ਮੇਰੇ ਚ ਕਮੀਆਂ ਕੱਢੀ ਜਾਇਆ ਕਰੋ, ਚਾਹ ਵੀ ਠੰਡੀ ਕਰ ਲਈ। ਹੋਰ ਕੀ ਚ ਕੱਢਾ ਕਮੀਆਂ, ਜੋ ਗਲਤੀਆਂ ਤੂੰ ਕਰਦੀਆਂ। ਚੱਲ ਚੰਗਾ ਚਾਹ ਪੀ ਲਓ। ਓਏ ਆਹੀ ਤਾਂ ਫਰਕ ਆ ਸੁਖਪਾਲ, ਤੇਰੇ ਵਾਂਗੂ ਕਦੇ ਉਹਨੇ ਟੌਰ ਕੱਢ ਕੇ ਨੀ ਤੁਰੀ, ਉਹ ਤਾਂ ਅਸੀਂ ਉੱਠ ਕੇ ਤੁਰ ਪੈਂਦੀ ਸੀ, ਮੂੰਹ ਨੀ ਸੀ ਕਦੇ ਧੋਤਾ ਉਹਨੇ ਜਲੇਬੀਆਂ ਖਾਣ ਦੀ ਮਾਰੀ। ਪਹਿਲਾਂ ਵੀ ਉਹ ਐਂ ਕਰਦੀ, ਜੇ ਕਿਸੇ ਦੇ ਜਾਣਾ ਜਿਹੜਾ ਸੂਟ ਘਰੇ ਪਾਇਆ ਹੁੰਦਾ ਉਵੇਂ ਤੁਰ, ਅਸੀਂ ਬਥੇਰਾ ਸਮਝਾਉਂਦੇ ਵੀ ਭਾਈ ਚੱਜ ਦੇ ਕੱਪੜੇ ਪਾ ਲਾ। ਉਹੀ ਗੱਲ ਕਰਦਾ ਵੀ ਉਹ ਹੈ ਕਿਹਦੇ ਵਰਗੀ, ਤੂੰ ਤਾਂ ਦੇਖ ਲੈ ਖਰਬੂਜੇ ਵਰਗੀ ਪਈ ਹੈ, ਉਹ ਪਤਾ ਨੀ ਕਿਹਦੇ ਤੇ ਗਈ ਹੈ। ਜੇ ਮੇਰੀ ਭੈਣ ਨੇ ਸੁਣ ਲਿਆ ਨਾ ਤੇ ਦੇਖ ਲੈ ਤੇਰੇ ਨਾਲ ਕੀ ਬਣਦੀ ਹੈ। ਨਹੀਂ ਨਹੀਂ, ਚੰਗੀ ਚੀਜ਼ ਦੀ ਤਾਂ ਸਿਫਤ ਕਰੀ ਜਾਂਦੀ ਹੈ, ਉਹ ਦੇਖ ਲੈ ਡਿੰਬੂ ਵਰਗੀ ਪਈ ਹੈ ਜਮਾ। ਲੈ ਹੋਰ ਵੇ, ਉਹਦੇ ਮੂੰਹ ਤੇ ਨਾ ਕਹਿ ਦੀ ਕਿਤੇ, ਹੋਰ ਕਲੇਸ਼ ਖੜਾ ਕਰ ਲੈ। ਨਹੀਂ ਨਹੀਂ, ਉਹਦੇ ਮੂੰਹ ਤੇ ਤਾਂ ਕਾਹਨੂੰ ਕਹਿਣਾ, ਇਹ ਤਾਂ ਆਪਾਂ ਸਭ ਇੱਕੀ ਗੱਲਾਂ ਕਰਦੇ ਆ, ਹੁਣ ਕਿਹੜਾ ਮੈਂ ਉਹਨੂੰ ਘਰੋਂ ਕੱਢਣ ਲੱਗਿਆ। ਉਹਦਾ ਗੱਲਾਂ ਕਰਦੇ ਵੀ ਤੂੰ ਵੀ ਤਾਂ ਉਸੇ ਦੀ ਭੈਣ ਹੈ, ਦੇਖ ਲੈ ਤੂੰ ਕਹੇ ਜੀ ਹੈ, ਉਹ ਕਿਸੇ ਕਰਮ ਦੀ ਨਹੀਂ। ਕੀ ਪਤਾ, ਅਸੀਂ ਤਾਂ ਆਪਦੀ ਮਾਂ ਨੂੰ ਕਹਿਣਾ ਸੀ, ਮਾਂ ਤੂੰ ਇਹ ਕਹੇ ਜੀ ਜੰਮੀ ਆ ਕਾਲੀ ਜੀ, ਬਸ ਕੀ ਕਰਾਉਣਾ ਸੀ ਇਹ ਤੋਂ। ਮੈਂ ਤਾਂ ਐ ਕਹਿਣਾ ਵੀ ਹੁਣ ਤੋਰ ਹੀ ਨਾ ਦੇਈਏ ਉਹਨੂੰ, ਤੂੰ ਹੀ ਰਹਿ ਪਾ ਇੱਥੇ। ਲੈ ਦੇਖਿਆ ਹੁਣ ਗੱਲਾਂ ਦੇ ਕਰਦਾ। ਚੱਲ ਚੰਗਾ, ਤੂੰ ਵੀ ਰਹਿ ਕੇ ਰਾਜੀ ਨਹੀਂ।
ਲੈ ਮੈਂ ਰਹਿ ਕੇ ਤੇ ਜਿਹੜਾ ਮੇਰੇ ਮਗਰ ਆ ਉਹ ਚੰਗਾ ਚੱਲ ਠੀਕ ਹੈ ਆ ਖੁੰਡਾ ਕੀ ਚੱਕੀ ਪੈਣਾ ਖੁੰਡਾ ਤੇਰੇ ਤੇ ਭਰਾ ਦੂਗਾ ਮੇਰਾ ਸਾਡੂ ਦਾ ਸੁਭਾਅ ਤਾਂ ਖੈਰ ਹੋਰ ਤਰੀਕੇ ਦਾ ਚੱਲ ਕੋਈ ਨੀ ਤਾਂ ਤਾਂ ਕਹਿੰਦੇ ਚੱਲ ਚੰਗਾ ਫਿਰ ਚੰਗਾ ਕਰ ਲੈ ਆਰਾਮ ਕਰ ਲੈ ਆਰਾਮ ਨੀ ਕਰਦੀ ਜੇ ਕੁੱਟ ਚਾਹ ਪੀਣੀ ਤਾਂ ਬਣਾ ਕੇ ਲਿਆ ਦੇਣੀ ਆ ਤੈਨੂੰ ਬਣਾ ਲੈ ਤੂੰ ਚਾਹ ਪਿਆ ਕੀ ਹਟੇਂਗੀ ਹੁਣ ਚੰਗਾ ਮਿੱਠਾ ਮੜਾ ਜਾ ਦੇਖ ਕੇ ਪਾ ਲਈ ਚੰਗਾ ਚੰਗਾ ਨਾਲੇ ਨਾ ਇੰਨੀ ਗਰਮੀ ਹੋਈ ਪਈ ਆ ਆ ਏਸੀ ਨੂੰ ਠੀਕ ਕਰਾ ਲਓ ਮਾੜਾ ਮੋਟਾ ਉਹ ਏਸੀ ਤਾਂ ਆਉਣਗੇ ਅੱਜ ਕਿਹਾ ਹੋਇਆ ਸੀ ਮਿਸਤਰੀ ਨੂੰ ਸ਼ਾਮ ਨੂੰ ਆਊਗਾ ਨਾਲੇ ਕਹਿੰਦੇ ਸੀ ਸ਼ਹਿਰ ਲੈ ਕੇ ਜਾਣਾ ਪਊਗਾ ਆਪਾਂ ਸ਼ਹਿਰ ਭੱਜ ਚੱਲਾਂਗੇ ਉਹ ਨਾ ਇੱਥੇ ਕਰ ਜਾਣਗੇ ਉਹ ਮੈਨੂੰ ਐਂ ਦੀ ਮੈਂ ਦੋ ਸੂਟ ਲਿਆਉਂਦੀ ਗਰਮੀ ਵਾਲੇ ਤੇ ਉਹ ਸੂਟ ਪਏ ਤਾਂ ਹੈ ਇਹਨੇ ਉਹ ਤਾਂ ਪੁਰਾਣੇ ਹੋ ਗਏ ਹੁਣ ਦੋ ਸੂਟ ਨਵੇਂ ਵੀ ਲਿਆ ਦੋ ਨਵੇਂ ਵੀ ਲੈ ਆਵਾਂ ਕੋਈ ਗੱਲ ਨੀ ਹਾਂ ਹਾਂ ਮੇਰੇ ਵੱਲ ਤਾਂ ਪੈਸੇ ਨਹੀਂ ਨਿਕਲਦੇ ਹੈਗੇ ਕੋਈ ਗੱਲ ਨੀ ਜਾਵਾਂਗੇ ਇੱਕ ਅੱਧੇ ਦਿਨ ਚ ਮੰਡੀ ਉਦੋਂ ਲੈ ਆਵਾਂਗੇ ਚਲੋ ਠੀਕ ਆ ਪੀ ਲਈ ਚਾਹ ਬਗ ਜਾਓ ਹੁਣ ਟਾਈਮ ਨਾਲ ਖੇਤ ਤੇ ਹੱਥ ਨੂੰ ਟਾਈਮ ਨਾਲ ਆ ਜਾਓ ਕੋਈ ਗੱਲ ਨੀ ਕੰਮ ਧੰਦਾ ਕਰ ਲਈ ਨਿਬੇੜ ਕੇ ਰੱਖ ਲਈ ਕਿਤੇ ਹੁਣ ਉਧਰ ਲੰਘ ਜਾਈ ਉਹ ਕਿਤੇ ਨੀ ਜਾਂਦੀ ਮੈਂ ਪਤਾ ਨੀ ਤੁਹਾਨੂੰ ਕਿਉਂ ਵਹਿਮ ਪਿਆ ਰਹਿੰਦਾ ਵੀ ਕਿਤੇ ਇੱਧਰ ਨਾ ਵਗ ਜਾਏ ਉਧਰ ਨਾ ਵਗ ਜਾਏ ਉਹ ਵਹਿਮ ਤਾਂ ਰਹਿਣੀ ਹੈ ਜੇ ਤਾਂ ਘਰੇ ਖੜਦੀ ਹੋਵੇ ਫੇਰ ਹੀ ਆ ਕਦੋਂ ਦਿੱਤਾ ਵੀ ਸਮਾਂ ਲੱਗੇ ਕਿਤੇ ਨੀ ਜਾਂਦੀ ਬਿਨਾਂ ਪੁੱਛੇ ਚੱਲ ਕੋਈ ਗੱਲ ਨੀ ਲੱਗ ਜੂ ਪਤਾ ਸੌਹਾਂ ਦਾ ਵੀ ਤੇਰੀਆਂ ਦਾ ਚੱਲ ਵਗ ਜਾਓ ਹੁਣ ਇੱਥੇ ਹੱਥ ਨੂੰ ਕਰ ਦੋਗੇ ਚੱਲ ਠੀਕ ਆ ਜਾਣਾ ਮੈਂ ਵਗ ਜਾਓ ਹੱਲਣ ਦਾ ਨਾ ਹੀ ਨੀ ਲੈਂਦਾ ਹੈਗਾ ਇੱਥੇ ਮੇਰਾ ਢਿੱਡ ਦੁਖਣ ਵਾਲਾ ਹੋ ਗਿਆ ਮੇਰੇ ਤਾਂ ਢਿੱਡ 'ਚ ਗੋਲਾ ਬਣਿਆ ਗਿਆ ਹੁਣ ਤਾਂ ਐਂ ਸਮਝ ਨਹੀਂ ਆਉਂਦੀ ਲੈ ਨਪੁੱਤੀ ਦੋ ਸੂਟ ਚੱਕ ਲਏ ਇੱਕ ਤਾਂ ਚਲੋ 3500 ਦਾ ਉਹ ਤਾਂ ਚਲ ਬਾਬਾ ਦੇ ਦੂ ਪੈਸੇ ਇੱਕ 4500 ਦਾ ਮੈਂ ਮੱਚ ਜਾ ਦਿਨੇ ਐਵੇਂ ਨਹੀਂ ਦੇਖਿਆ ਵੀ ਕੈਮਰਾ ਲੱਗਿਆ ਹੋਇਆ ਅਲਟਾ ਕੈਮਰਾ ਮਾਸੀ ਨੇ ਫਰਨ ਦੇ ਨੇ ਚੱਕ ਕੇ ਉਹ 'ਚ ਠੁੱਕਿਆ ਬੂ ਅੰਬੋ ਨੇ ਤਾਂ 10000 ਦੇ ਕੱਪੜੇ 200 ਸਾਲਾਂ 'ਚ ਨਹੀਂ ਪਾਏ ਹੋਣੇ ਜਿਹੜੇ ਇਹਨੇ 2 ਮਿੰਟ 'ਚ ਚੱਕ ਲਿਆਂਦੇ ਮੇਰੀ ਤਾਂ ਨਹੀਂ ਮੈਂ ਤਾਂ ਰਣਦੀਪ ਕੋਲ ਜਾਂਦੀ ਹਾਂ ਮੇਰੇ ਤੋਂ ਤਾਂ ਨਹੀਂ ਅੰਬੋ ਦਾ ਨੁਕਸਾਨ ਚਲਾ ਜਾਂਦਾ ਮੈਂ ਤਾਂ ਬਾਬੇ ਨੂੰ ਦੱਸ ਕੇ ਆਊਂ ਨਾਲੇ ਮੇਰੇ ਢਿੱਡ 'ਚ ਨਹੀਂ ਪਚਦੀ ਇਹ ਜੀ ਹਰਾਮਪਣੇ ਵਾਲੀ ਗੱਲ ਟੌਰ ਨਾਲ ਮੈਂ ਤਾਂ ਮਾਸੀ ਨੂੰ ਚੰਗੀ ਸਮਝਦੀ ਸੀ ਨਾਲੇ ਮੇਰਾ ਘਰ ਵਸਾਤਾ ਉਹਦਾ ਸਿਰੇ ਦੀ ਚੋਲਟੀ ਨਿਕਲੀ ਮੈਂ ਜਾਂਦੀ ਹਾਂ ਕੰਮ ਕੁੰਮ ਤਾਂ ਆਖੀ ਦੇਖੂ ਉਹ ਨਾਲੇ ਮੇਰੀ ਗੱਲ ਸੁਣ ਤੂੰ ਕੀ ਕਰੀ ਜਾਂਦੀ ਹੁਣ ਕਦੇ ਜਾਂਦੀ ਆ ਭਾਂਡੇ ਸਾਂਭੀ ਜਾਂਦੀ ਆ ਹਨੇਰੀ ਜੀ ਆਉਂਦੀ ਸੀ ਰੇਤੇ ਵਾਲੇ ਭਾਂਡੇ ਕੱਢਦੀ ਸੀ ਮਾਂਜਣ ਨੂੰ ਉਹ ਚਲੋ ਤਾਂ ਠੀਕ ਆ ਉਹ ਥੋਥੋਂ ਨਹੀਂ ਰਹਿ ਗਿਆ ਕਿਉਂ ਕੀ ਕਰਤਾ ਹੁਣ ਨਹੀਂ ਰਹਿਣ ਨੂੰ ਅਸੀਂ ਉਹ ਕਰ ਰਿਹਾ ਤਾਂ ਕੁਛ ਨਹੀਂ ਉਹਦੀ ਬਹੂ ਨੂੰ ਤੁਸੀਂ ਫੇਰ ਲੈ ਗਈ ਅੰਬਰਤੇ ਜੀ ਨੂੰ ਨਾਲੇ ਤੁਹਾਨੂੰ ਆਖਿਆ ਸੀ ਵੀ ਉਹ ਤਾਂ ਮਸਾਂ ਤਾਂ ਉਹਨੇ ਆਈ ਆ ਉਹ ਮਸਾਂ ਤਾਂ ਉਹਨੇ ਘਰ ਵਸਾਇਆਗਾ ਉਹਨੂੰ ਫੇਰ ਨਹੀਂ ਤੁਸੀਂ ਅੜਦਗਾ ਲੈ ਹੁਣ ਫੇਰ ਆ ਕੇ ਅੰਬਰਤੇ ਦੀ ਬਹੂ ਨੂੰ ਲੈ ਗਈਆਂ ਮਸਾਂ ਘਰ ਵਸਾਇਆ ਤਾਂ ਮਸਾਂ ਘਰ ਵਸਾਉਣ ਨੂੰ ਕੀ ਹੋਇਆ ਸੀ ਇਹਨਾਂ ਦੇ ਉਹ ਮਸੇ ਵਾਲੀ ਗੱਲ ਹੀ ਆ ਬਾਗੀ ਸੀਗੀ ਉਹਦਾ ਤਲਾਕ ਦੇ ਕੇ ਕੇ ਮਗਰ ਨਾਲੇ ਆ ਗਈ ਫਿਰ ਤੇ ਉਹ ਕੋਈ ਤਲਾਕ ਨਹੀਂ ਦਿੱਤਾ ਉਹ ਤਾਂ ਖੇਖਣ ਕਰਦੀ ਸੀ ਉਹੀ ਸੀ ਉਹ ਤਾਂ ਪਰਚੇ ਕੱਚੀ ਲਿਖਤ ਦੇ ਓਏ ਬੇਸ਼ੱਕ ਕੱਚੀ ਸੀ ਬੇਸ਼ੱਕ ਪੱਕੀ ਸੀ ਪਿੰਡ 'ਚ ਤਾਂ ਹਰੇਕ ਐਂ ਆਖੀ ਜਾਂਦਾ ਵੀ ਉਹਨਾਂ ਦੀ ਬਹੂ ਨੇ ਨਾ ਤਾਂ ਤਲਾਕ ਦੇਤਾ ਨਾਲੇ ਹੁਣ ਆ ਗਈ ਚੱਲ ਫਿਰ ਪਿੰਡ 'ਚ ਤਾਂ ਕਹੀ ਜਾਣਗੇ ਲੋਕਾਂ ਦਾ ਕਿਹੜਾ ਅਗਲਾ ਮੂੰਹ ਫੜ ਲੂਗਾ ਜਿਹਦੀ ਜਵਾਨ ਚੱਲਦੀ ਉਹਦੇ ਸੱਤ ਹਾਲ ਚੱਲਦੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਹਾਂਜੀ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟੇ ਹੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਹਾਂਜੀ ਹੁਣ ਅਸੀਂ ਸਾਨੂੰ ਸਾਡੀ ਪਹਿਲਾਂ ਵਾਲੀ ਵੀਡੀਓ ਤੇ ਕਮੈਂਟ ਦੇ ਨਾਮ ਬੋਲਣ ਜਾ ਰਹੇ ਹਾਂ ਨਿਰਮਲ ਸਿੰਘ ਦਲਜੀਤ ਪੰਧੇਰ ਦਲਜੀਤ ਕੌਰ USA ਤੋਂ ਰਾਜਵੀਰ ਮਾਨ ਮਾਨ ਗੀਤਾ ਰਾਣੀ ਲੁਧਿਆਣਾ ਤੋਂ ਹਰਭਜਨ ਕੌਰ ਪੰਚਕੂਲਾ ਤੋਂ ਸਾਧਿਕਾ ਸ਼ਰਮਾ ਰਜਨ ਸ਼ਰਮਾ ਜਗਰਾਓ ਤੋਂ ਸੁਖਦੀਪ ਜਵੰਦਾ ਬਲਵਿੰਦਰ ਬਰਾੜ ਯੂਜ਼ਰ ਨੇਮ
ਗੁਰਬੇਲ ਸਿੰਘ ਦਿਓਗੜ ਤੋਂ, ਬਲਵਿੰਦਰ ਗਿੱਲ, ਰਾਜਦੀਪ ਗਿੱਲ ਜਲੰਧਰ ਤੋਂ, ਹਰਪਾਲ ਸਿੰਘ, ਬਲਵਿੰਦਰ ਗਿੱਲ ਕਨੇਡਾ ਤੋਂ, ਗੁਰਦੀਪ ਸਿੰਘ ਦਿਓ ਨਾਮ ਸੋਦੀਪਾ, ਨੈਬ ਸਿੰਘ ਰੂਪਾ ਲੱਦੜ ਕੁਲਵੰਤ ਸੰਘਾ ਕੌਰੇਵਾਲਾ ਤੋਂ, ਅਮਰ ਸਿੰਘ ਪਟਿਆਲਾ ਤੋਂ, ਈਤ ਸਿੰਘ ਭੋਲਾ ਬਰਾੜ ਚੋਟੀਆਂ ਵਾਲਾ, ਬਲਜੀਤ ਕੌਰ, ਬਲਵੰਤ ਸਿੰਘ, ਤੇਸ਼ਵਰਜੋਤ ਸਿੰਘ ਔਲਖ ਵਲੋਗਜ, ਲਖਵੀਰ ਸਿੰਘ ਅੰਮ੍ਰਿਤਪਾਲ ਧਨੋਆ, ਅਲੋਪ ਹੋ ਰਿਹਾ ਵਿਰਸਾ ਡਾਕਟਰ ਪਰਮਜੀਤ ਸਿੰਘ ਫਰੀਦਕੋਟ ਤੋਂ, ਬੰਦਰ ਧਾਲੀਵਾਲ ਫੂਲੇਵਾਲਾ ਤੋਂ, ਪਰਵੇਜ ਸ਼ਾਹ ਪਾਕਿਸਤਾਨ ਤੋਂ, ਸੰਧੂ ਸਾਹਿਬ ਜਸਵੀਰ ਕੌਰ ਮਲੇਸ਼ੀਆ ਤੋਂ, ਜਗਵਿੰਦਰ ਸਿੰਘ ਹੈਰੀ ਸੋਹਲ, ਭੁਪਿੰਦਰ ਕੌਰ, ਮਨਜੀਤ ਕੌਰ ਸਿੱਧੂ, ਪਿੰਦਰ ਕੜਿਆਣ, ਪੇਂਡੂ ਰਸੋਈ ਸਿਲਾਈ ਕਢਾਈ, ਜਸਵੀਰ ਸਿੰਘ ਗਿੱਲ, ਜਸਵੀਰ ਸਿੰਘ, ਗੁਰਲਾਲ ਸਿੰਘ, ਗੁਰਲਾਲ ਸਿੰਘ ਅਨਮੋਲ ਗਿੱਲ, ਨਿਰਮਲ ਸਿੰਘ, ਬਲਵਿੰਦਰ ਸਿੰਘ ਸੰਧੂ। ਹਾਂਜੀ, ਇਹ ਸਾਨੂੰ ਸਾਡੀ ਪਹਿਲਾਂ ਵਾਲੀ ਵੀਡੀਓ 'ਤੇ ਕਮੈਂਟਸ ਦੇਣਾ ਆਪਣੇ, ਅੱਗੇ ਤੁਸੀਂ ਵੀ ਸਾਨੂੰ ਵਧੀਆ ਵਧੀਆ ਕਮੈਂਟਸ ਕਰਿਆ ਕਰੋ, ਤੁਹਾਡੀ ਵੀਡੀਓ ਵਿੱਚ ਅਸੀਂ ਤੁਹਾਡੇ ਵੀ ਨਾਮ ਜ਼ਰੂਰ ਬੋਲਾਂਗੇ ਜੀ। ਹਾਂਜੀ, ਵੀਡੀਓ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਵੇਂ ਲੱਗੀ, ਅਤੇ ਸਾਡੇ ਸਿੱਧੂ ਪੰਜਾਬ ਟੀਵੀ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ। ਧੰਨਵਾਦ।